बिस्मिल्लाहिर्रहमानिर्रहीम अस्सलामु अलैकुम जी दोस्तों ते भराओ उम्मीद कर रहे हैं तुसी बिल्कुल ठीक ठाक होवोगे अल्लाह पाक तुहानू खुश ते आबाद रखे इस दे मुस्कुरांदा रखे इसे दुआ दे नाल अज दी वीडियो कर लैणे शुरू जितने भी दोस्त साडे चैनल ते अज पहली दफा आए ने चैनल नू सबसक्राइब कर लो वीडियो लाइक भी करो दोस्तों विच भी शेयर करो ते इक प्यारा जिहा कमेंट लाजमी करो ते बाकी दिहाड़ी भी आया डेरे फिर इक शादी दे प्रोग्राम ते जाना आया ते मुख्तलिफ जगह ते अगे पिछे काम काज है दिहाड़ी फिर वीडियो नहीं कबूतरां दी बना सके बच्चों की अज जिहड़ा उस्तादां ने यह वाहवा डगा बाद बच्चे उड्डे ने जिहड़ी पिछली तुसी वीडियो देखी है वह जरा नॉर्मल ही बच्चे उहदे विच फिर इक रात रह गया आया भी नहीं ते बाकी अज जिहड़ा ऐसे बच्चे उड्डे जिन्होंने कप भी भल के उड्डना है ठीक है जे खैर खरीयत नाल मौसम तों बचे रहे ते बाकी ये कि अज काफ़ी डगा बाद उड्डे ने ठीक है ते जिहड़ी पिछली फिर वह भी काफ़ी डगा बाद ही बच्चे उड्डे अज वाले भी काफ़ी डगा बाद उड्डे ने ते उहदे बावजूद हीला लिए तई अठ कोई अठ नौ बच्चे उपर है ने जूँ जू बहन तो उन्होंने वीडियो बनावे तो वीडियो अच्छी लगेगी तुम वीडियो के नाल ही रवे ए दोस्तों भराओ लाइटा बाल सटिया ने ठीक है बच्चे ये वाह वाह उच्चे ने कुछ शो ने कुछ ये नहीं थोड़ी जल्दी बाल लिया ने मतलब तू छिकी लगे ने ना बहन दी ते बाकी पांच छे लभदे ने बरीकी जोड़ी आई जे क्या बरीकी विच उमर भाई कह रहे ने जोड़ी नजर आई है ना ठीक है चलो फिर देखने आ दिल तो साडा ही बह जा लाइटा ही ज्यादा बुलंदी च होवन फिर रात रहने का बड़ा खतरा होंगे थलड़े मैदाना उतलिया बच आ जा ना मैदाना छे छे सात लभ देने तकरीबन एक दिहाड़ी अज लगड़ ने फड़ लिया बच्चा उंज तो नौ रेंदे ने इहदा मतलब जे अज हुण सारे बह गए अठ बहन गए एक तो लगड़ फड़िया ना ਉਹਨੂੰ ਤਾਂ ਨਹੀਂ ਨਵੀਂ ਚੀਜ਼ ਆਏ ਰੇ ਜਿਹੜੇ ਨੌ ਰਹਿੰਦੇ ਨੇ ਉਹਨਾਂ ਵਿੱਚ ਇੱਕ ਲਗੜ ਫੜ ਲਿਆ ਤੇ ਪਿੱਛੇ ਅੱਠ ਫਿਰ ਰਹਿ ਗਏ ਨਾ ਇੱਕ ਕਿਸਮ ਦੇ ਅੱਠਾਂ ਵਿੱਚੋਂ ਛੇ ਸੱਤ ਲੱਭਦੇ ਨੇ ਮੀਂਹ ਤੇ ਆਏ ਸਾਰੇ ਬਹਿਣੇ ਚਾਹੀਦੇ ਨੇ ਜਾਂ ਦੇਖਦੇ ਹਾਂ दोस्तों भरा वीडियो रोकने लंबी होंगी भी ਮਾਸ਼ਾਅੱਲਾ ਜੀ ਬਹਿ ਗਿਆ ਛੇ ਇਕੱਤੀ ਤੇ ਕੀ ਟਾਈਮ ਹੋਇਆ ਜੀ ਟਾਈਮ ਛੇ ਸੈਂਤੀ ਉਧਰ ਵਿੱਚ ਰੱਖੀ ਦੇ ਇਹ ਦੋਸਤੋ ਤੇ ਭਰਾਓ ਕਬੂਤਰਾਂ ਨੂੰ ਦਾਣਾ ਪਾਣੀ ਕਰ ਰਹੇ ਨੇ ਜਾਂ ਪਾਣੀ ਵਾਲੀ ਬਾਲਟੀ 'ਤੇ ਭਰਨੇ ਆ ਅਤੇ ਬਾਕੀ ਇਹ ਕਿ ਮੌਸਮ ਹੀ ਬੜਾ ਠੰਡਾ ਹੈ ਕਾਫੀ ਡੱਕਣਾ ਦੁਬਾਂ ਦਾ ਅੱਜ ਬੱਚੇ ਡਾਏ ਉਹਦੇ ਬਾਵਜੂਦ ਜਿਹੜਾ ਸੱਤ ਬੱਚੇ ਰਾਤ ਰਹਿ ਗਏ ਨੇ ਛੇ ਕਿਸਮ ਕਿਸਮ ਦੇ ਰਾਤ ਰਹਿ ਗਏ ਨੇ ਕਿਤੇ ਲਗੜ ਨੇ ਫੜ ਲਿਆ ਦਿਹਾੜੀ
6 ਬੱਚੇ ਵੀ ਨਹੀਂ ਬੈਠੇ, 2-3 ਬੈਠੇ ਨੇ ਇੱਥੇ ਲੈਟਾਂ 'ਚ, 2 ਬੱਚੇ ਕੀ ਕਹਿਣਾ ਚਾਹੁੰਦੇ 'ਚ ਬਹਿ ਗਏ। ਅਤੇ ਬਾਕੀ ਇਹ ਵੀਡੀਓ ਬਣਾਈ ਹੈ ਅੱਜ ਦੀ, ਅਗਰ ਕੋਈ ਗਲਤੀ ਹੋਈ ਹੋਈ ਤਾਂ ਮਾਫ਼ ਕਰਿਓ, ਅਤੇ ਦੁਆ ਵੀ ਕਰਿਓ ਕੱਲ੍ਹ ਬੱਚੇ ਹੋ ਜਾਣ ਆ ਜਾਣ। ਇਹਨੂੰ ਉਸਤਾਦ ਜੀ 3-4 ਵਾਰੀ ਫਿਰ ਛੱਡੀਏ ਫੜ ਕੇ ਜਾਂ ਡੱਕ ਕੇ, ਕੋਈ ਥੋੜ੍ਹਾ ਇੱਧਰੋਂ ਝਾਕਾ ਤਾਂ ਉਂਝ ਹੀ ਲੈਣਾ ਸੂ, ਹਾਂ ਥੋੜ੍ਹਾ ਜਿਹਾ ਉੱਧਰੋਂ ਛੱਡੋ ਤੈਨੂੰ। ਅਤੇ ਦੁਆ ਸ਼ਾਹ ਵੀ ਕਰਿਓ ਕਿ ਕੱਲ੍ਹ ਬੱਚੇ ਆ ਜਾਣ, ਅਤੇ ਚੰਗੀ ਗੱਲ ਹੈ ਕਿਉਂਕਿ ਗੁਕਾਪ ਵੀ ਨੇੜੇ ਆਉਂਦਾ ਜਾਂਦਾ ਪਿਆ, ਅਤੇ ਕੋਈ ਥੋੜ੍ਹੀ ਅਸਲ ਅੱਗੇ ਪਿੱਛੇ ਐਨ ਵੀ ਜਿਹੜੀ ਪਈ ਉਹਦੀ ਵਜ੍ਹਾ ਨਾਲ ਠੰਡ ਬਹੁਤ ਜ਼ਿਆਦਾ ਹੋ ਗਈ ਹੈ। ਤਾਂ ਬੱਚੇ ਹੁਣ ਹਾਲਾਂਕਿ ਇਹ ਬੱਚੇ ਲੈਟਾਂ ਵਿੱਚ ਬਹਿੰਦੇ ਵੀ ਹੁੰਦੇ, ਪਰ ਹੁਣ ਜ਼ਰਾ ਜ਼ਿਆਦਾ ਬਲੰਦੀ ਵਿੱਚ ਹੁੰਦੇ ਨੇ ਜਾਂ ਮੌਸਮ ਠੰਡਾ ਹੁੰਦਾ ਹੋਈ ਵਜ੍ਹਾ। ਅਤੇ ਚਲੋ ਫਿਰ ਇਹ ਤਾਂ ਸ਼ੁਕਰ ਮੇਲਾ ਲੱਗਾ ਹੀ ਰਹੇਗਾ, ਬਾਕੀ ਇਹ ਕਿ ਦੁਆ ਸ਼ਾਹ ਕਰਿਓ, ਅਤੇ ਅਗਰ ਕੋਈ ਗਲਤੀ ਮਾਫ਼ ਕਰਿਓ ਤਾਂ ਦੁਆ ਦੇ ਨਾਲ ਚੱਲਾਂ ਪਾ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਅਸਲੀਆਂ ਮੁਸਕਰਾਉਂਦੇ ਰੱਖੇ। ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ, ਓਕੇ ਅੱਲਾ ਹਾਫਿਜ਼। ਆ ਦੋਸਤੋ ਭਰਾਓ, ਬੱਚੇ ਰਾਤਾਂ ਰਹਿ ਜਾਂਦੇ ਨੇ, ਚਿੜੀ ਛਿੱਕਾ ਤਾਂ ਖੇਡੀਏ ਨਾ, ਇੰਜੇ ਨਹੀਂ ਉੱਥੇ ਆਵਾਜ਼ ਆ ਤਾਂ ਇੱਧਰ ਉਹ ਇੱਥੇ ਉਸਤਾਦਾਂ ਨੂੰ ਆਉਣਾ, ਉਸਤਾਦਾਂ ਪਾਣੀ ਕਬੂਤਰਾਂ ਪੀਣਾ ਬਾਹਰ ਨਿਕਲ ਗਏ, ਇਹ ਮਸਲਾ ਨਾ ਉਹ ਨਾਣਾ ਇੱਧਰ ਖੇਡੋ ਕਬੂਤਰ ਤਰਾਂਦੇ ਹੋ। ਲਓ ਜੀ ਦੋਸਤੋ, ਹੁਣ ਉਸਤਾਦਾਂ ਵੀ ਗੇਮ ਸ਼ੁਰੂ ਕਰ ਦਿੱਤੀ ਹੈ, ਉਸਤਾਦ ਜੀ ਨਹੀਂ ਤੇ ਤੁਸੀਂ ਵੀ ਫਿਰਨ ਲਏ ਹੋ ਥੱਲੇ। ਓਏ ਕਮ ਆਨ ਸਟ੍ਰੇਟ ਫਰ ਫਿਟ ਲਾਈਨ ਓਏ ਯਾ ਬੀ ਕਮ ਆਨ ਯਾ ਬੀ ਕੋਈ ਸਮਝ ਨਹੀਂ ਆ ਰਹੀ।